ਪੁਲਿਸ ਦੇ ਪਹਿਰੇ ਵਿੱਚ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਜਦੋਂ ਮੈਦਾਨ ਵਿੱਚ ਆ ਕੇ ਗੱਲ ਕਰਨੀ ਪਵੇ ਫਿਰ ਮਰਦ ਦਾ ਪਤਾ ਲੱਗਦਾ ਵੀ ਇਹ ਮਰਦ ਹੈ ਜਾਂ ਖੁਸਰਾ। ਪਰ ਅੱਜ ਲੋਕ ਇੱਥੋਂ ਤੱਕ ਇਹਨਾਂ ਦਾ ਹੌਸਲਾ ਪੈ ਗਿਆ ਕਿ ਸਾਡੇ ਸਿੰਘ ਸਾਹਿਬਾਨਾਂ ਦਾ, ਜਥੇਦਾਰ ਸਾਹਿਬਾਨਾਂ ਦਾ ਵੀ ਮਜ਼ਾਕ ਉਡਾ ਰਹੇ ਆ। ਕਿੱਥੇ ਬੈਠ ਕੇ ਉਡਾਉਂਦੇ ਆ? ਪੁਲਿਸ ਦੀ ਗੋਦ ਵਿੱਚ। ਜੇ ਤੁਸੀਂ ਐਡੇ ਵੱਡੇ ਸੂਰਮੇ ਹੋ ਨਾ, ਫਿਰ ਸੰਗਤ ਵਿੱਚ ਆਓ ਅਤੇ ਜਥੇਦਾਰ ਦਾ, ਪਰੰਪਰਾਵਾਂ ਦਾ, ਰਹਿਤ ਮਰਜ਼ਾਦਾ ਬਾਰੇ ਗੱਲ ਕਰਕੇ ਵਿਖਾਓ, ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਗੱਲ ਤੁਹਾਡੇ ਨਾਲ ਕੀਤੀ ਜਾਂਦੀ ਹੈ। ਅਤੇ ਕੁਫਰ ਦੀਆਂ ਦੁਕਾਨਾਂ ਵਾਲੇ ਲੋਕ ਜਿਹੜੇ ਹੈ ਅੱਜ ਸਾਡੇ ਤਖਤਾਂ ਦਾ ਮਜ਼ਾਕ ਉਡਾ ਰਹੇ ਹੈ। ਸਾਡੇ ਇਤਿਹਾਸ ਦੇ ਬਚਨ ਹੈ, ਜਥੇਦਾਰ ਜੋ ਕਹਿ ਦਿੱਤਾ ਸੋ ਪੰਥ ਮਾਨ ਸਭ ਲੈਤਾ। ਇਹਨਾਂ ਨੂੰ ਸਿੱਖੀ ਦੇ ਪ੍ਰਚਾਰਕ ਨਾ ਕਹੋ, ਇਹ ਕੁਫਰ ਦੀਆਂ ਦੁਕਾਨਾਂ, ਕੁਫਰ ਦੀਆਂ ਹੱਟੀਆਂ। ਇਹ ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਹੋਲੇ ਮਹੱਲੇ 'ਤੇ ਆਇਓ, ਇਹਨਾਂ ਕੁਫਰ ਦੀਆਂ ਦੁਕਾਨਾਂ ਤੋਂ ਜਿੱਥੋਂ ਕੁਫਰ ਦਾ ਪ੍ਰਚਾਰ ਹੋ ਰਿਹਾ, ਘੱਟੋ ਘੱਟ ਉਹ ਕੁਫਰ ਦਾ ਪ੍ਰਚਾਰ ਨਾ ਆਪਣੇ ਕੰਨਾਂ ਵਿੱਚ ਸੁਣੋ। ਬੜਾ ਪਾਪ ਲੱਗੇਗਾ ਜੇ ਆਪਾਂ ਸੁਣਾਂਗੇ। ਇੱਥੇ ਧੂੰਏ ਦੇ ਬੱਦਲ ਹੈ, ਇੱਕ ਗੱਲ ਮੇਰੀ ਚੇਤੇ ਰੱਖਿਓ, ਇਹ ਧੂੰਏ ਦੇ ਬੱਦਲ ਹੈ, ਉੱਡ ਜਾਣੇ ਆ, ਬਹੁਤਾ ਲੰਮਾ ਸਮਾਂ ਨਹੀਂ ਇਹੋ ਜਿਹੇ ਚੱਲਦੇ ਹੁੰਦੇ। ਅੱਜ ਖਾਲਸਾ ਜੀ, ਇਹ ਲੋਕ ਜਿਹੜੇ ਆ ਨਾ, ਇਹ ਵਜੀਦੇ ਦੀ ਰੂਹ ਹੈ ਪੰਥ ਦੇ ਵਿੱਚ ਆਏ ਹੋਏ, ਝੂਠੇ ਨੰਦ ਦੀ ਰੂਹ ਹੈ ਜਿਹੜੇ ਤੁਹਾਨੂੰ ਸਿੱਖੀ ਨਾਲੋਂ ਤੋੜ ਰਹੇ ਆ। ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾਣੀ ਕਾਫੀ ਲੰਬੇ ਸਮੇਂ ਬਾਅਦ ਆਪਣੀ ਚੁੱਪੀ ਤੋੜੀ ਹੈ ਅਤੇ ਫਿਰ ਨਿਸ਼ਾਨਾ ਵੀ ਗੱਲਾਂ ਗੱਲਾਂ 'ਚ ਆਪਣੇ ਨਵੇਂ ਬਣੇ ਦੁਸ਼ਮਣ ਭਾਈ ਰਣਜੀਤ ਸਿੰਘ 'ਤੇ ਸਾਧਿਆ। ਹਾਲਾਂਕਿ ਤਸਦੀਆ ਵਾਲੇ ਦਾ ਨਾਂ ਤਾਂ ਨਹੀਂ ਲਿਆ, ਪਰ ਜੋ ਤਲਖ ਭਰੇ ਅੰਦਾਜ਼ 'ਚ ਬੋਲ ਸੀ ਉਹ ਬਹੁਤ ਝੁੰਮਵੇਂ ਸੀ। ਅਜਿਹੇ ਬੋਲ ਹਰਨਾਮ ਸਿੰਘ ਧੂਮਾ ਅਕਸਰ ਉਸ ਵੇਲੇ ਬੋਲਦੇ ਨੇ ਜਦੋਂ ਕੋਈ ਵੱਡੀ ਕਾਰਵਾਈ ਕਰਨੀ ਹੋਵੇ। ਅਤੇ ਹੁਣ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਮਾਗਮ ਕੀਤਾ ਗਿਆ, ਜਿੱਥੇ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ ਕੁਝ ਲੋਕ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਹੁਕਮਾਂ ਨੂੰ ਪਾਲਣਾ ਨਹੀਂ ਕਰਦੇ ਅਤੇ ਪ੍ਰਚਾਰ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕੁਫਰ ਤੋਲਣ ਵਾਲੇ ਲੋਕ ਚੁੱਚੀਆਂ ਗੱਲਾਂ ਵਾਲਾ ਇਤਿਹਾਸ ਬਣਾ ਰਹੇ ਨੇ ਅਤੇ ਸੰਗਤ ਦੀ ਸ਼ਰਧਾ ਤੋੜੀ ਜਾ ਰਹੀ ਹੈ। ਹਰਨਾਮ ਸਿੰਘ ਧੂਮਾ ਨੇ ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਅਤੇ ਕਿਹਾ ਕਿ ਪੁਲਿਸ ਦੀ ਛੱਤਰੀ ਥੱਲੇ ਇਹ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਨੂੰ ਕਿੰਤੂ ਪ੍ਰੰਤੂ ਕੀਤਾ ਜਾਂਦਾ। ਉਹਨਾਂ ਬਿਨਾਂ ਨਾਮ ਲਏ ਇਸ਼ਾਰਾ ਢੱਡੀਆਂ ਵਾਲਿਆਂ ਨੂੰ ਬੋਲਦਿਆਂ ਕਿਹਾ, ਪੁਲਿਸ ਦੀ ਛੱਤਰੀ ਥੱਲੇ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਵਿੱਚ ਹਿੰਮਤ ਹੈ ਤਾਂ ਉਹ ਸੰਗਤ ਸਾਹਮਣੇ ਆ ਕੇ ਗੱਲ ਕਰਨ। ਕਿ ਆਪਾਂ ਨੂੰ ਸ਼ਰਧਾ ਭਾਵਨਾ ਰੱਖਣੀ ਚਾਹੀਦੀ ਹੈ, ਸ਼ਰਧਾ ਵਾਲਿਆਂ ਨੂੰ ਭਾਈ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਅੱਜ ਤੁਹਾਡੀ ਸ਼ਰਧਾ ਤੋੜਨ ਵਾਲੇ ਲੋਕ ਬੜਾ ਕੁਫਰ ਭਰਿਆ ਪ੍ਰਚਾਰ ਕਰ ਰਹੇ ਹੈ। ਇਹਨਾਂ ਨੂੰ ਸਿੱਖੀ ਦੇ ਪ੍ਰਚਾਰਕ ਨਾ ਕਹੋ, ਇਹ ਕੁਫਰ ਦੀਆਂ ਦੁਕਾਨਾਂ, ਕੁਫਰ ਦੀਆਂ ਹੱਟੀਆਂ। ਇਹ ਕੁਫਰ ਤੋਲਣ ਵਾਲੇ ਇਹ ਲੋਕ ਹੈ, ਇਹ ਝੂਠ ਦੇ ਪ੍ਰਚਾਰਕ ਹੈ। ਝੂਠੀਆਂ ਗੱਲਾਂ ਬਣਾ ਬਣਾ ਕੇ ਸਿੱਖ ਇਤਿਹਾਸ, ਗੁਰ ਇਤਿਹਾਸ, ਗੁਰਬਾਣੀ, ਗੁਰਮਤ ਨੂੰ, ਰਹਿਤ ਮਰਜ਼ਾਦਾ ਨੂੰ ਅੱਜ ਸੰਗਤਾਂ ਵਿੱਚ ਭੰਡ ਰਹੇ ਹੈ, ਤੁਹਾਡੀ ਸ਼ਰਧਾ ਨੂੰ ਤੋੜ ਰਹੇ ਹੈ। ਸੰਗਤ ਜੀ, ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹੋ ਜਿਹੇ ਲੋਕਾਂ ਨੂੰ, ਭੇਖੀ ਲੋਕਾਂ ਨੂੰ ਪਹਿਚਾਣੋ ਔਰ ਇਹਨਾਂ ਲੋਕਾਂ ਦੇ ਜੋ ਕੂੜ ਦਾ ਪ੍ਰਚਾਰ ਹੈ ਉਸ ਦਾ ਹਰ ਤਰ੍ਹਾਂ ਆਪਾਂ ਡਟ ਕੇ ਮੁਕਾਬਲਾ ਕਰਨ ਵਾਲਾ, ਆਪਣਾ ਆਪਣਾ ਸਾਰੇ ਖਾਲਸੇ ਦਾ, ਪੰਥ ਦਾ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੂੜ ਦੇ ਪ੍ਰਚਾਰ ਦਾ ਡਟ ਕੇ ਮੁਕਾਬਲਾ ਕਰੀਏ। ਇਹੋ ਜਿਹੇ ਭੇਖੀ ਪਹਿਲਾਂ ਵੀ ਹੋਏ ਹੈ, ਗੁਰੂ ਕਾਲ ਦੇ ਸਮੇਂ ਵਿੱਚ ਵੀ ਐਸੇ ਮਨਮਤੀਏ ਲੋਕ ਹੋਏ ਸਨ ਜਿਨ੍ਹਾਂ ਨੇ ਗੁਰੂ ਘਰ ਨਾਲੋਂ ਸੰਗਤ ਨੂੰ ਤੋੜਨ ਦੇ ਬੜੇ ਯਤਨ ਕੀਤੇ ਸਨ। ਔਰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਤੋਂ ਬਾਅਦ ਵੀ, ਔਰ ਫਿਰ ਅੰਗਰੇਜ਼ ਕਾਲ ਦੇ ਵਿੱਚ ਭਸੌੜੀਏ ਵੀ ਉੱਠੇ ਸਨ ਜਿਨ੍ਹਾਂ ਨੇ ਇਹੋ ਜਿਹੀਆਂ ਤਰਕਾਂ ਕੀਤੀਆਂ ਸਨ ਸਿੱਖੀ ਪਰੰਪਰਾਵਾਂ ਦੇ ਉੱਤੇ, ਬਾਣੀ ਦੇ ਉੱਤੇ, ਬਾਣੇ ਉੱਤੇ, ਗੁਰ ਇਤਿਹਾਸ ਉੱਤੇ। ਪਰ ਖਾਲਸੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਨਜਿੱਠਿਆ ਸੀ। ਅੱਜ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਹੋਲੇ ਮਹੱਲੇ 'ਤੇ ਆਇਓ, ਇਹਨਾਂ ਕੁਫਰ ਦੀਆਂ ਦੁਕਾਨਾਂ ਤੋਂ ਜਿੱਥੋਂ ਕੁਫਰ ਦਾ ਪ੍ਰਚਾਰ ਹੋ ਰਿਹਾ, ਘੱਟੋ ਘੱਟ ਉਹ ਕੁਫਰ ਦਾ ਪ੍ਰਚਾਰ ਨਾ ਆਪਣੇ ਕੰਨਾਂ ਵਿੱਚ ਸੁਣੋ। ਬੜਾ ਪਾਪ ਲੱਗੇਗਾ ਜੇ ਆਪਾਂ ਸੁਣਾਂਗੇ। ਇਸ ਕਰਕੇ ਉਹਨਾਂ ਲੋਕਾਂ ਤੋਂ ਸੁਚੇਤ ਹੋ, ਹਰ ਤਰ੍ਹਾਂ ਕਰਕੇ ਡਟ ਕੇ ਗੁਰਮਤ ਦੇ ਉੱਤੇ, ਸ਼ਰਧਾ ਦੇ ਉੱਤੇ ਪਹਿਰਾ ਦਿਓ। ਜੇ ਸ਼ਰਧਾ ਰੱਖੋਗੇ ਤਾਂ ਕਲਗੀਧਰ ਦੀਆਂ ਖੁਸ਼ੀਆਂ
दस गुरु साहिबाना दियां बख्शिशां प्राप्त होणगियां। ਇਹ ਤਾਂ ਧੂੰਏ ਦੇ ਬੱਦਲ ਹੈ, ਇੱਕ ਗੱਲ ਮੇਰੀ ਚੇਤੇ ਰੱਖਿਓ, ਇਹ ਧੂੰਏ ਦੇ ਬੱਦਲ ਹੈ, ਉੱਡ ਜਾਣੇ ਆ, ਬਹੁਤਾ ਲੰਮਾ ਸਮਾਂ ਨਹੀਂ ਇਹੋ ਜਿਹੇ ਚੱਲਦੇ ਹੁੰਦੇ। ਇਹ ਧੂੰਏ ਦੇ ਬੱਦਲ, ਇਹ ਧੂੰਏ ਦੇ ਬੱਦਲ ਉੱਡ ਜਾਣੇ ਆ, ਜਦੋਂ ਉੱਡੇ ਪਤਾ ਵੀ ਨਹੀਂ ਲੱਗਣਾ ਕਿੱਧਰ ਨੂੰ ਉੱਡ ਕੇ ਚਲੇ ਗਏ, ਕਿੱਧਰ ਨੂੰ ਕਲਗੀ ਧਰਨੇ ਉਡਾ ਕੇ ਪਰੇ ਮਾਰੇ ਇਹ। ਪਰ ਆਪਾਂ ਦ੍ਰਿੜ ਰਹੋ, ਤਕੜੇ ਰਹੋ, ਇਹਨਾਂ ਲੋਕਾਂ ਤੋਂ ਸਾਵਧਾਨ ਰਹੋ। ਇਹ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ। ਖਾਲਸੇ ਨੇ ਆਪਣੀਆਂ ਪਰੰਪਰਾਵਾਂ ਦੇ ਉੱਤੇ ਬੜਾ ਡਟ ਕੇ ਪਹਿਰਾ ਦਿੱਤਾ। ਸਿੱਖ ਦਾ ਵਿਸ਼ਵਾਸ ਕਿੱਡਾ ਵੱਡਾ ਹੋਣਾ ਚਾਹੀਦਾ ਖਾਲਸਾ ਜੀ। ਸਾਰੀ ਦੁਨੀਆ ਕਹੇ ਕਿ ਸੰਸਾਰ 'ਤੇ ਰੱਬ ਨਹੀਂ, ਤਾਂ ਸਿੱਖ ਕਹੇ ਮੇਰਾ ਸਿਰ ਵੀ ਲੈ ਜਾਓ, ਮੈਂ ਤਾਂ ਵੀ ਕਹਾਂਗਾ ਰੱਬ ਹੈ, ਵਾਹਿਗੁਰੂ ਹੈ, ਪਰਮਾਤਮਾ ਹੈ, ਉਹ ਹੈ ਸਿੱਖ। ਸਾਰੀ ਦੁਨੀਆ ਕਹੇ ਕਿ ਗੁਰੂ ਕਾ ਅੰਮ੍ਰਿਤ ਨਹੀਂ ਹੈ, ਸਿੱਖ ਕਹੇ ਮੈਂ ਸਿਰ ਦੇ ਦਿਆਂਗਾ ਪਰ ਖੰਡੇ ਬਾਟੇ ਦਾ ਅੰਮ੍ਰਿਤ ਕਲਗੀਆਂ ਵਾਲੇ ਦਾ ਮੈਂ ਉਹ ਛਕਾਂਗਾ। ਵੱਡੇ ਵੱਡੇ ਸਿਦਕ ਕਮਾਏ, ਸਿੱਖੀ ਨੂੰ ਕਮਾਇਆ, ਅਡੋਲਤਾ ਰੱਖੀ। ਸਾਹਿਬਜ਼ਾਦਿਆਂ ਵੱਲ ਵੇਖ ਲਓ, ਵਜੀਦੇ ਨੇ ਕਿੱਡੇ ਕਿੱਡੇ ਲਾਲਚ ਦਿੱਤੇ, ਕਿੱਡੇ ਕਿੱਡੇ ਵੱਡੇ ਜ਼ੁਲਮ ਕੀਤੇ ਸਿੱਖੀ ਤੋਂ ਡਲਾਉਣ ਲਈ। ਅੱਜ ਖਾਲਸਾ ਜੀ ਇਹ ਲੋਕ ਜਿਹੜੇ ਆ ਨਾ, ਇਹ ਵਜੀਦੇ ਦੀ ਰੂਹ ਹੈ ਪੰਥ ਦੇ ਵਿੱਚ ਆਏ ਹੋਏ, ਝੂਠੇ ਨੰਦ ਦੀ ਰੂਹ ਹੈ ਜਿਹੜੇ ਤੁਹਾਨੂੰ ਸਿੱਖੀ ਨਾਲੋਂ ਤੋੜ ਰਹੇ ਆ। ਇਸ ਕਰਕੇ ਮੇਰੀ ਬੇਨਤੀ ਹੈ, ਪਰਪੱਕਤਾ ਨਾਲ, ਦ੍ਰਿੜਤਾ ਨਾਲ ਸਿੱਖੀ ਦੇ ਉੱਤੇ ਪਹਿਰਾ ਦਿਓ। ਇਹ ਤੁਸੀਂ ਮੇਰੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋ। ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਹੜੇ ਸਿੱਖੀ ਨੂੰ ਢਾਹ ਲੈ ਰਹੇ ਆ, ਸਿੱਖੀ ਦੀਆਂ ਪਰੰਪਰਾਵਾਂ ਦਾ ਮਜ਼ਾਕ ਉਡਾ ਰਹੇ ਆ। ਸਤ ਸੰਗਤ ਜੀ, ਸੰਗਤ ਦੇ ਵਿੱਚ ਹੁਣੇ ਹੁਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹੁੰਚੇ ਆ, ਮੈਂ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਜਕਾਰਾ ਗਜਾਉਂ। ਸਾਧ ਸੰਗਤ ਜੀ, ਮੈਂ ਬੇਨਤੀ ਕਰ ਰਿਹਾ ਸੀ, ਇਹ ਕੁਫਰ ਦੀਆਂ ਦੁਕਾਨਾਂ ਵਾਲੇ ਲੋਕ ਜਿਹੜੇ ਹੈ ਅੱਜ ਸਾਡੇ ਤਖਤਾਂ ਦਾ ਮਜ਼ਾਕ ਉਡਾ ਰਹੇ ਹੈ, ਅੱਜ ਸਾਡੇ ਤਖਤਾਂ ਦੇ ਜਥੇਦਾਰਾਂ ਦਾ ਮਜ਼ਾਕ ਉਡਾ ਰਹੇ ਹੈ। ਮੈਂ ਪਹਿਲਾਂ ਹੀ ਤੁਹਾਨੂੰ ਇਹ ਬੇਨਤੀਆਂ ਕਰ ਰਿਹਾ ਸੀ, ਖਾਲਸਾ ਜੀ ਤਖਤਾਂ ਦਾ ਮਜ਼ਾਕ ਉਡਾਉਣ ਵਾਲੇ ਇੱਥੋਂ ਚਲੇ ਗਏ, ਤੁਰ ਗਏ, ਅੱਜ ਕੋਈ ਉਹਨਾਂ ਦਾ ਨਾਮ ਨਹੀਂ ਲੈਂਦਾ। ਤਖਤਾਂ ਦੇ ਜਥੇਦਾਰ ਸਹਿਬਾਨ ਸੇ ਕੌਮ ਦੀਆਂ ਸਰਵਉੱਚ ਧਾਰਮਿਕ ਹਸਤੀਆਂ ਹਨ, ਇਹਨਾਂ ਦਾ ਸਤਿਕਾਰ ਕਰਨਾ ਹਰ ਕੌਮ ਦੇ ਪ੍ਰਾਣੀ ਮਾਈ ਭਾਈ ਦਾ ਸਾਡਾ ਫਰਜ਼ ਹੈ। ਸਾਡੇ ਇਤਿਹਾਸ ਦੇ ਬਚਨ ਹੈ, ਜਥੇਦਾਰ ਜੋ ਕਹਿ ਦਿੱਤਾ ਸੋ ਪੰਥ ਮਾਨ ਸਭ ਲੇਤਾ। ਜੋ ਜਥੇਦਾਰ ਕੌਮ ਨੂੰ ਬੇਨਤੀ ਕਰ ਦਿੰਦਾ, ਸੰਦੇਸ਼ ਦੇ ਦਿੰਦਾ, ਆਦੇਸ਼ ਦੇ ਦਿੰਦਾ, ਕੌਮ ਉਹਦੇ ਅੱਗੇ ਸਿਰ ਝੁਕਾ ਦਿਆ ਕਰਦੀ ਸੀ। ਪਰ ਅੱਜ ਇਹ ਲੋਕ ਇੱਥੋਂ ਤੱਕ ਇਹਨਾਂ ਦਾ ਹੌਸਲਾ ਪੈ ਗਿਆ ਕਿ ਸਾਡੇ ਸਿੰਘ ਸਾਹਿਬਾਨਾਂ ਦਾ, ਜਥੇਦਾਰ ਸਾਹਿਬਾਨਾਂ ਦਾ ਵੀ ਮਜ਼ਾਕ ਉਡਾ ਰਹੇ ਹੈ। ਕਿੱਥੇ ਬੈਠ ਕੇ ਉਡਾਉਂਦੇ ਆ? ਪੁਲਿਸ ਦੀ ਗੋਦ ਵਿੱਚ, ਪੁਲਿਸ ਦੇ ਪਹਿਰਿਆਂ ਵਿੱਚ। ਜੇ ਤੁਸੀਂ ਐਡੇ ਵੱਡੇ ਸੂਰਮੇ ਹੋ ਨਾ, ਫਿਰ ਸੰਗਤ ਵਿੱਚ ਆਓ ਅਤੇ ਜਥੇਦਾਰ ਦਾ, ਪਰੰਪਰਾਵਾਂ ਦਾ, ਰਹਿਤ ਮਰਜ਼ਾਦਾ ਬਾਰੇ ਗੱਲ ਕਰਕੇ ਵਿਖਾਓ, ਫਿਰ ਤੁਹਾਨੂੰ ਦੱਸਾਂਗੇ ਕਿ ਕਿਵੇਂ ਗੱਲ ਤੁਹਾਡੇ ਨਾਲ ਕੀਤੀ ਜਾਂਦੀ ਹੈ। ਪੁਲਿਸ ਦੀ ਛਤਰੀ ਲੈ ਕੇ ਅੰਦਰ ਵੜ ਕੇ, ਪੁਲਿਸ ਦੀ ਛਤਰੀ ਦੇ ਵਿੱਚ, ਪੁਲਿਸ ਦੀ ਕੈਦ ਵਿੱਚ ਕਹਿ ਲਓ, ਪੁਲਿਸ ਦੇ ਪਹਿਰੇ ਵਿੱਚ ਗੱਲਾਂ ਕਰਨੀਆਂ ਬੜੀਆਂ ਸੌਖੀਆਂ। ਜਦੋਂ ਮੈਦਾਨ ਵਿੱਚ ਆ ਕੇ ਗੱਲ ਕਰਨੀ ਪਵੇ, ਫਿਰ ਮਰਦ ਦਾ ਪਤਾ ਲੱਗਦਾ ਵੀ ਇਹ ਮਰਦ ਹੈ ਜਾਂ ਖੁਸਰਾ। ਇਸ ਕਰਕੇ ਸਾਧ ਸੰਗਤ ਜੀ, ਇਹਨਾਂ ਲੋਕਾਂ ਤੋਂ ਸਾਵਧਾਨ ਹੋ, ਮੇਰੀ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸੋ ਆਓ, ਹੋਲੇ ਮਹੱਲੇ 'ਤੇ ਤੁਸੀਂ ਜੁੜੇ ਹੋ, ਦਾਸ ਦਾ ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ, ਮੈਂ ਸਾਰਿਆਂ ਦਾ ਧੰਨਵਾਦ ਕਰ ਦਿੱਤਾ ਹੈ। ਸੋ ਭਾਈ, ਆਪਾਂ ਕੱਲ੍ਹ ਨੂੰ ਵਕਤ ਸਿਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਸ਼ੁਰੂ ਹੋਏਗਾ, ਪੰਜ ਪਿਆਰੇ। ਇਸ ਕਰਕੇ ਸਾਧ ਸੰਗਤ ਜੀ, ਇਹਨਾਂ ਲੋਕਾਂ ਤੋਂ ਸਾਵਧਾਨ ਹੋ, ਮੇਰੀ ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸੋ ਆਓ, ਹੋਲੇ ਮਹੱਲੇ 'ਤੇ ਤੁਸੀਂ ਜੁੜੇ ਹੋ, ਦਾਸ ਦਾ ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ, ਮੈਂ ਸਾਰਿਆਂ ਦਾ ਧੰਨਵਾਦ ਕਰ ਦਿੱਤਾ ਹੈ। ਸੋ ਭਾਈ, ਆਪਾਂ ਕੱਲ੍ਹ ਨੂੰ ਵਕਤ ਸਿਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਸ਼ੁਰੂ ਹੋਏਗਾ, ਪੰਜ ਪਿਆਰੇ।